ਵਾਲੇਕੁਮ ਸਲਾਮ ਜੀ। ਕੀ ਨਾਮ ਹੈ ਆਪਣਾ? ਗੁਲਾਮ ਰਸੂਲ। ਆਪਣੀ ਆੜਤ ਦਾ ਕੀ ਨਾਮ? ਰਾਓ ਬਰਾਦਰ ਜੀ। ਰਾਓ ਬਰਾਦਰ, ਤੇ ਮਾਸ਼ਾਅੱਲਾ ਕਣਕ ਆਈ ਹੋਈ ਹੈ ਜੀ ਮੰਡੀ 'ਚ, ਚੰਗੀ ਰੌਣਕ ਲੱਗੀ ਹੋਈ। ਹਾਂਜੀ, ਆ ਚਾਰੇ ਪਾਸੇ ਦੇਖ ਲਓ ਜੀ, ਕਣਕ ਪਈ ਹੈ ਜੀ। ਹਾਂਜੀ ਬਿਲਕੁਲ ਜੀ। ਹਾਂਜੀ ਬਹੁਤ ਕਣਕ ਆ ਰਹੀ ਹੈ ਜੀ। ਤੇ ਇਹ ਲੈ ਰਹੇ ਆੜਤੀ? ਬਸ ਜੀ ਇੱਦਾਂ ਹੀ ਲੈ ਰਹੇ ਆ ਜੀ। ਘਰਾਂ ਵਾਲੇ ਲੈ ਰਹੇ ਆ ਕਿ ਆੜਤੀ ਬਹੁਤੇ ਲੈ ਰਹੇ? ਜ਼ਿਆਦਾ ਘਰਾਂ ਵਾਲੇ ਲੈ ਰਹੇ ਆ ਜੀ, ਆੜਤੀ ਤੇ ਬਹੁਤ ਔਖੀ ਲੈ ਰਹੇ ਆ ਜੀ। ਅੱਛਾ, ਬਿਲਕੁਲ ਖੁਸ਼ਕ ਕਣਕ ਆ ਰਹੀ ਹੈ ਜਾਂ ਚੰਗੀ ਆ ਰਹੀ? ਬਸ ਜੀ ਗਿੱਲੀ, ਹਰੇ ਗਿੱਲੀ ਆ ਰਹੀ ਹੈ ਜੀ, ਵਿੱਚ ਗਿੱਲ ਹੈ ਜੀ। ਤੇ ਖੁਸ਼ਕ ਕਾਤੋਂ ਨਹੀਂ ਲੈ ਕੇ ਆ ਰਹੇ? ਖੁਸ਼ਕ ਲੈ ਜਾਂ ਬਾਰਿਸ਼ਾਂ ਦੀ ਵਜ੍ਹਾ ਤੋਂ। ਅੱਛਾ, ਜ਼ਿਮੀਦਾਰਾਂ ਦਾ ਕੀ ਕਹਿਣਾ ਵਾ ਰੇਟ ਦੇ ਹਵਾਲੇ ਨਾਲ? ਉਹ ਕਹਿੰਦੇ 4900 ਦੇ ਵਿੱਚ ਜੀ ਖਰੀਦੀ ਜਾਏ ਕਣਕ ਸਾਡੀ, 4000 ਦੇ ਵਿੱਚ। ਅੱਛਾ, ਤੇ ਕਣਕ ਦਾ ਰੇਟ 3200-3300 ਰੁਪਈਆ ਚੱਲ ਰਿਹਾ ਜੀ ਇੱਥੇ ਮੰਡੀ। ਤੇ ਘਰ ਵਾਲੇ ਲੈਣ ਆਉਂਦੇ ਉਹ ਕੀ ਕਹਿੰਦੇ ਆ? ਉਹ ਕਹਿੰਦੇ ਜੀ ਇਹ ਰੇਟ ਸਾਨੂੰ ਸਹੀ ਹੈ ਜੀ, 3000 ਹੋਣਾ ਚਾਹੀਦਾ ਜੀ। 3000 ਹੋਣਾ ਚਾਹੀਦਾ ਕਹਿੰਦੇ? ਹਾਂਜੀ। ਤੇ ਕੀ ਰੇਟ ਹੈ ਇਸ ਵਕਤ ਜਿਹੜਾ ਚੱਲ ਰਿਹਾ? ਇਸ ਵਕਤ ਚੱਲ ਰਿਹਾ ਜੀ 3200-3400 ਰੁਪਏ ਤੱਕ ਜੀ। ਜਿਹੜੀ ਬਿਲਕੁਲ ਖੁਸ਼ਕ ਕਣਕ ਆ 10 ਮੋਸਚਰ ਦੀ, ਉਹਦਾ ਕੀ ਰੇਟ ਆ? ਉਹੀ 3450 ਤੱਕ ਹੈ ਜੀ। 3450? ਹਾਂਜੀ, ਉਹ ਵੀ ਘਰ ਵਾਲੇ ਹੈਗੇ ਵਧਣ ਦੇ ਰੇਟ? ਨਹੀਂ ਜੀ ਹਲੇ ਕੋਈ ਜੀ ਪਤਾ ਨਹੀਂ ਵਧੇ ਰੇਟ। ਰੱਖਣੀ ਚਾਹੀਦੀ ਕਿ ਕੱਢ ਦੇਣੀ ਚਾਹੀਦੀ? ਕੱਢ ਦੇਣੀ ਚਾਹੀਦੀ ਹੈ ਜੀ। ਨਹੀਂ ਰੱਖਣੀ ਚਾਹੀਦੀ? ਨਹੀਂ ਰੱਖਣੀ ਚਾਹੀਦੀ ਜੀ। ਠੀਕ ਹੋ ਗਿਆ। ਤੇ ਕੀ ਕਿੰਨੀ ਗੰਦਮ ਆਉਂਦੀ ਪਈ ਆ ਮੰਡੀ ਦੇ ਤੇ? ਸੇਲ ਹੋ ਰਹੀ ਆ? ਹਾਂਜੀ ਸੇਲ ਹੋ ਰਹੀ ਹੈ ਜੀ ਗੰਦਮ, ਪਰ ਰੇਟ ਘੱਟ ਹੈ ਜੀ ਇਹਦਾ। ਮੱਕੀ ਨਾਲੋਂ ਤਾਂ ਜ਼ਿਆਦਾ ਗੰਦਮ? ਹਾਂਜੀ ਮੱਕੀ ਨਾਲੋਂ ਜ਼ਿਆਦਾ ਜੀ। 3200-3300 ਰੁਪਏ ਰੇਟ ਹੋਇਆ ਦਾ, ਰੇਟ ਤੇ ਨਹੀਂ ਨਾ ਹੈਗਾ। ਗੌਰਮੈਂਟ ਨੂੰ ਚਾਹੀਦਾ ਪਾਸ ਕੋਸ ਖਰੀਦ ਆਪਦਾ ਕਰੇ ਆਪਣੀ, ਤੇ ਜਨਾਬ ਜੀ ਕੋਈ ਕਿਸਾਨਾਂ ਦਾ ਭਲਾ ਕਰੇ ਤੇ ਗਰੀਬਾਂ ਦਾ ਵੀ ਭਲਾ ਕਰੇ। ਚਲੋ ਬਈ ਗਰੀਬਾਂ ਦਾ ਵੀ ਜਿਹੜੇ ਹੈਗੇ ਆ ਉਹ ਖਾਣ ਵਾਲੇ, ਉਹਨਾਂ ਦਾ ਵਿਚਾਰਿਆਂ ਦਾ ਕੋਟਾ ਪੂਰਾ ਹੋਵੇ। ਰਾਓ ਸਾਹਿਬ ਕਿੱਦਾਂ ਭਲਾ ਹੋਏਗਾ ਗਰੀਬਾਂ ਦਾ ਤੇ ਕਿਸਾਨ ਦਾ? ਇਹ ਹੁਣ ਜਿਹੜਾ 3200-3300 ਰੁਪਏ ਰੇਟ ਹੈ, ਹੁਣ ਗਰੀਬ ਆਦਮੀ ਜਿਨ੍ਹਾਂ ਨੇ ਲੈਣੀ ਆ ਉਹ ਲੈ ਲੈਣ ਟਾਈਮ ਨਾਲ, ਤਾਂ ਕਿ ਗੌਰਮੈਂਟ 'ਚ ਖਰੀਦ ਸ਼ੁਰੂ ਹੋਵੇ, ਤਾਂ ਕਿ ਗੌਰਮੈਂਟ ਵੀ ਆਪਣੀ 3900 ਜਿਹੜੇ ਉਹਨਾਂ ਨੇ ਐਲਾਨ ਕੀਤਾ ਲੈਣ। ਗੌਰਮੈਂਟ ਨੇ ਤਾਂ ਸਿਰਫ 15 ਮਣ ਲੈਣੀ ਕਿੱਲੇ ਦੀ? 15 ਮਣ ਲੈਣੀ, ਚਲੋ 15 ਮਣ ਦੇ ਕੇ 50-60 ਮਣ ਉਸ ਆਉਂਦੀ ਹੈ, ਚਲੋ ਬਾਕੀ ਆਪਣਾ ਘਰ ਰੱਖ ਲੈਣਗੇ, ਬਾਕੀ ਚਲੋ ਮੰਡੀ ਆ ਜਾਏਗੀ, ਚਲੋ ਸਾਡਾ ਵੀ ਭਲਾ ਹੋ ਜਾਏਗਾ, ਖਰੀਦਦਾਰਾਂ ਦਾ ਵੀ ਭਲਾ ਹੋ ਜਾਏਗਾ, ਤੁਸੀਂ ਸਾਰਿਆਂ ਦਾ ਭਲਾ ਕਰੀ ਜਾਓ। ਹਾਂ ਗਰੀਬਾਂ ਦਾ ਵੀ ਭਲਾ ਹੋ ਜਾਏਗਾ। ਨੰਬਰ ਦਿਓ ਹਾਂ ਜ਼ਰਾ ਆਪਦਾ, ਅਗਰ ਕਿਸੇ ਨੇ ਵੇਚਣੀ ਹੋਈ ਜਾਂ ਲੈਣੀ ਹੋਈ। ਹਾਂ 0301 ਹਾਂਜੀ 81-83-747। ਬੜੀ ਮਿਹਰਬਾਨੀ ਜੀ।